हाँ जी दोस्तों, सत श्री अकाल जी सारिआं नूं, की हाल चाल ने। स्वागत है तुहाडा अपने चैनल पंजाबी इन हंगरी ते। अज आपां जिहड़ी वीडियो दे बारे गल्लबात करनी आ, उह हैगा वी तीन चार देश ने इन्हां ने अपने लिस्ट जारी करी आ वी असीं किन्ने क वर्कर इस साल दे विच यानी 2024 दे विच सद्दांगे, ते उह गिणती देखांगे है ना वी। फिर उह हिसाब नाल तुसीं अप्लाई कर सकदे हो वी हाँ इह देश दे विच ज़्यादा वीज़ा लगन की संभावना वा। ਅਤੇ ਉਹ ਦੇਸ਼ ਜਿਵੇਂ ਹੈਗੇ ਨੇ ਜਰਮਨੀ ਲਾ ਲਓ, ਸਲਵਾਕੀਆ, ਸਲਵੇਨੀਆ, ਹੰਗਰੀ ਬਾਰੇ ਵੀ ਪਤਾ ਹੈ ਨਾ ਵੀ ਕਿੰਨੇ ਕੁ ਜਣਿਆਂ ਨੂੰ ਬੁਲਾਉਣਗੇ। ਅਤੇ ਇਹ ਵੀਡੀਓ ਜਾਣੀ ਪੂਰੀ ਦੇਖ ਲਿਓ, ਇਨਫੋਰਮੇਸ਼ਨ ਵਾਲੀ ਵੀਡੀਓ, ਜਿਨ੍ਹਾਂ ਨੇ ਨਵਾਂ ਅਪਲਾਈ ਕਰਨਾ ਇੰਡੀਆ, ਪਾਕਿਸਤਾਨ, ਨੇਪਾਲ ਤੋਂ ਕਿਤੋਂ ਵੀ। ਅਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਹੈ ਨਾ। ਅਤੇ ਪਹਿਲਾਂ ਗੱਲ ਕਰ ਲੈਂਦੇ ਹਾਂ ਆਪਾਂ ਜਰਮਨੀ ਦੀ ਹੈ ਨਾ। ਜਰਮਨੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਵਰਕਰਾਂ ਦੀ ਲੋੜ ਰਹਿੰਦੀ ਹੋਈ ਆ ਉੱਥੇ ਜਰਮਨੀ ਦੇ ਵਿੱਚ। ਅਤੇ ਜੇ ਤੁਸੀਂ ਆਉਣਾ ਚਾਹੁੰਦੇ ਹੋ ਵੀ ਚਾਹੇ ਤੁਹਾਡੇ ਕੋਲ ਸਕਿੱਲ ਆ ਅਨਸਕਿੱਲ ਹੋ ਨਾ, ਤਾਂ ਉਹਨਾਂ ਨੇ ਜਿਹੜਾ ਐਤਕੀ ਕੋਟਾ ਰੱਖਿਆ ਉਹ ਕਹਿੰਦੇ 25,000 ਲੋਕਾਂ ਨੂੰ ਅਸੀਂ ਤੀਜੇ ਦੇਸ਼ ਦੇ ਨਾਗਰਿਕਾਂ ਨੂੰ ਯਾਨੀ ਵੀਜ਼ੇ ਦੇਵਾਂਗੇ ਆਪਣੇ ਦੇਸ਼ ਦੇ ਹੈ ਨਾ, ਵਰਕ ਪਰਮਿਟ ਜਾਰੀ ਕਰਨਗੇ ਉਹ। 25,000 ਹੈਗੀ ਆ ਯਾਨੀ ਗਿਣਤੀ ਉਹਦੇ ਵਿੱਚ। ਹੁਣ ਲਾ ਲਓ ਵੀ ਫਾਰਮ ਵਰਕਰ ਲਾ ਲਓ, ਜੇ ਤੁਹਾਡੇ ਕੋਲ ਕੋਈ ਸਕਿੱਲ ਆ, IT ਵਗੈਰਾ ਕੀਤੀ ਹੋਈ, ITI ਕੀਤੀ ਹੋਈ ਆ, ਕੋਈ ਵੀ ਕੀਤਾ ਹੋਇਆ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਰਮਨੀ ਦਾ ਹੈ ਨਾ। ਅਤੇ ਉਹਦੇ ਲਈ ਕੀ ਲੋੜ ਹੁੰਦੀ ਆ, ਇੱਧਰੋਂ ਤੁਹਾਨੂੰ ਕੋਈ ਕੰਪਨੀ ਤੋਂ ਔਫਰ ਮਿਲਣੀ ਚਾਹੀਦੀ ਹੈ ਵੀ ਹਾਂ ਅਸੀਂ ਤੁਹਾਨੂੰ ਸੱਦਣਾ ਚਾਹੁੰਦੇ ਹਾਂ, ਵਰਕ ਪਰਮਿਟ ਭੇਜੇ ਤੁਹਾਨੂੰ ਹੈ ਨਾ। ਅਤੇ ਉਦੋਂ ਬਾਅਦ ਤੁਸੀਂ ਆਪਣੀ ਫਾਈਲ ਤਿਆਰ ਕਰਕੇ ਸਬਮਿਟ ਕਰਕੇ ਜਰਮਨੀ ਆ ਸਕਦੇ ਹੋ। ਵੈਸੇ ਜਰਮਨੀ ਜਿਹੜਾ ਜ਼ਿਆਦਾਤਰ ਵੀਜ਼ਾ ਦਿੰਦਾ ਉਹ ਸਕਿੱਲ ਵਾਲਿਆਂ ਨੂੰ ਹੀ ਦਿੰਦਾ ਹੈ ਨਾ, ਅਨਸਕਿੱਲ ਵਾਲਿਆਂ ਨੂੰ ਬਹੁਤ ਘੱਟ ਮਿਲਦਾ ਉੱਥੇ ਦਾ ਵਰਕ ਵੀਜ਼ਾ। ਸਕਿੱਲ 'ਚ ਜਿਵੇਂ ਲਾ ਲਓ ਕੋਈ ਵੀ ਡਿਪਲੋਮਾ ਵਗੈਰਾ ਕੀਤਾ ਹੋਵੇ, ਨਰਸ ਦਾ ਕੋਰਸ ਕੀਤਾ ਹੋਵੇ, ਜਾਣੀ ਹੈ ਨਾ ਕੋਈ ਵਧੀਆ ਕੋਰਸ ਕੀਤਾ ਹੋਵੇ, ਤੁਹਾਡੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ, ਫਿਰ ਹੀ ਜਰਮਨੀ ਜਿਹੜਾ ਵੀਜ਼ਾ ਦਿੰਦਾ ਵਾ ਹੈ ਨਾ। ਅਤੇ ਇੱਕ ਨੋਰਵੇ ਨੇ ਵੀ ਕਿਹਾ ਵੀ ਸਾਨੂੰ ਸਕਿੱਲ ਵਰਕਰਾਂ ਦੀ ਬਹੁਤ ਡਿਮਾਂਡ ਆ, ਉੱਥੇ ਸੈਲਰੀਆਂ ਬਹੁਤ ਹਾਈ ਨੇ ਹੈ ਨਾ। ਨੋਰਵੇ ਦੇ ਵਿੱਚ ਤੁਸੀਂ 1-1.5 ਲੱਖ ਆਰਾਮ ਨਾਲ ਉੱਥੇ ਬਣਾ ਸਕਦੇ ਹੋ। ਨੋਰਵੇ ਨੇ ਵੀ ਕਿਹਾ ਵੀ ਸਾਨੂੰ ਸਕਿੱਲ ਵਰਕਰਾਂ ਦੀ ਕਾਫੀ ਲੋੜ ਆ, ਅਤੇ ਉਹਦੇ ਵਿੱਚ ਵੀ ਤੁਸੀਂ ਟਰਾਈ ਕਰ ਸਕਦੇ ਹੋ। ਉਹਨਾਂ ਨੇ ਐਤਕੀ 6,000 ਦਾ ਜਿਹੜਾ ਕੋਟਾ ਰੱਖਿਆ ਵਾ ਵੀ 6,000 ਬੰਦਾ ਸਕਿੱਲ ਵਰਕਰ ਸਾਨੂੰ ਚਾਹੀਦਾ ਵਾ। ਚਾਹੇ ਇੱਧਰੋਂ ਯੂਰਪ 'ਚੋਂ ਤੁਸੀਂ ਟਰਾਈ ਕਰ ਸਕਦੇ ਹੋ, ਜੇ ਅਤੇ ਉੱਧਰੋਂ ਤੀਜੇ ਦੇਸ਼ ਦੇ ਨਾਗਰਿਕਾਂ 'ਚ ਆਉਂਦੇ ਹੋ ਉੱਧਰੋਂ ਵੀ ਟਰਾਈ ਕਰ ਸਕਦੇ ਹੋ, ਅਤੇ ਨੋਰਵੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਅਤੇ ਬਾਕੀ ਹੁਣ ਆ ਜਾਂਦੀ ਆ ਅਨਸਕਿੱਲ ਵਾਲਿਆਂ ਲਈ, ਇਹ ਕੰਟਰੀਆਂ ਹੈਗੀਆਂ ਨੇ ਹੈ ਨਾ ਜਿਹੜੀਆਂ ਨੇ ਹੁਣ ਗੱਲ ਕਰਾਂਗੇ ਉਹ ਹੈਗੀਆਂ ਨੇ ਜਿਵੇਂ ਸਲਵਾਕੀਆ ਲਾ ਲਓ। ਸਲਵਾਕੀਆ ਵੀ ਕਾਫੀ ਹੈ ਨਾ ਪਾਪੂਲਰ ਆ ਵੀਜ਼ੇ ਦੇਣ ਲਈ। ਹੰਗਰੀ ਤੋਂ ਬਾਅਦ ਜੇ ਕੋਈ ਵਧੀਆ ਵੀਜ਼ੇ ਦਿੰਦਾ ਤਾਂ ਸਲਵਾਕੀਆ ਦੀ ਗਿਣਤੀ ਕਰ ਸਕਦੇ ਹਾਂ। ਸਲਵਾਕੀਆ ਨੇ ਇਸ ਸਾਲ ਜਿਹੜਾ ਵਾ 7,000 ਦਾ ਕੋਟਾ ਰੱਖਿਆ ਵਾ ਵੀ ਅਸੀਂ 7,000 ਆਪਣੇ ਰਾਸ਼ਟਰੀ ਵੀਜ਼ੇ ਜਾਰੀ ਕਰਾਂਗੇ। ਰਾਸ਼ਟਰੀ ਵੀਜ਼ਿਆਂ ਵਿੱਚ ਉਹੀ ਆ ਜਾਂਦੇ ਨੇ ਹੈ ਨਾ ਡੀ ਵੀਜ਼ਾ, ਜਾਣੀ ਵਰਕ ਪਰਮਿਟ ਹੈ ਨਾ। ਵਰਕ ਪਰਮਿਟ ਤੋਂ ਤੁਸੀਂ ਫਾਈਲ ਤਿਆਰ ਕਰਨੀ ਹੁੰਦੀ ਆ, ਅਤੇ ਇੱਥੇ TRC ਵੀ ਛੇਤੀ ਮਿਲ ਜਾਂਦੀ ਆ ਜੇ ਤੁਹਾਨੂੰ ਵੀਜ਼ਾ ਮਿਲ ਜਾਂਦਾ ਵਾ ਆਉਂਦਿਆਂ ਨੂੰ ਹੀ। ਉਹਦੇ ਵਿੱਚ ਹੁਣ ਉਹੀ ਆ ਵੀ ਤੁਹਾਡੇ ਕੋਲ ਵਰਕ ਪਰਮਿਟ ਹੋਣਾ ਜੇ ਤੁਸੀਂ ਲੈਣਾ ਵਾ ਤਾਂ ਇੱਧਰੋਂ ਹੈ ਨਾ ਕੰਪਨੀ ਕੋਲ ਡਿਮਾਂਡ ਹੋਣੀ ਚਾਹੀਦੀ ਆ ਵੀ ਇੱਧਰ ਕਿਸੇ ਕੰਪਨੀ ਦੇ ਵਿੱਚ ਫਾਰਮ ਦੇ ਵਿੱਚ ਜਾਂ ਫੈਕਟਰੀਆਂ ਦੇ ਵਿੱਚ ਲੋਡ ਹੋਵੇ ਤਾਂ ਤੁਸੀਂ ਇੱਧਰ ਆਪਣਾ ਪਾਸਪੋਰਟ ਦੀ ਫੋਟੋ ਕਾਪੀ ਵਗੈਰਾ ਭੇਜਣੀ ਹੁੰਦੀ ਆ ਤਾਂ ਇੱਧਰੋਂ ਇਹ ਪੇਪਰ ਤਿਆਰ ਕਰਕੇ ਵੀ ਹਾਂ ਸਾਨੂੰ ਇਹ ਬੰਦੇ ਦੀ ਲੋੜ ਆ, ਇੱਧਰੋਂ ਪਰਮਿਸ਼ਨ ਵਗੈਰਾ ਲੈ ਕੇ ਅਤੇ ਫਿਰ ਇੱਧਰ ਤੁਹਾਡੇ ਕੋਲ ਪੇਪਰ ਭੇਜੇ ਜਾਂਦੇ ਨੇ ਕੰਟਰੈਕਟ ਹੈ ਨਾ। ਤੁਸੀਂ ਸਾਈਨ ਕਰਕੇ ਅਪੁਆਇੰਟਮੈਂਟ ਚੱਕ ਕੇ ਅੰਬੈਸੀ ਦੀ ਫਾਈਲ ਸਬਮਿਟ ਕਰਨੀ ਹੁੰਦੀ ਆ ਅਤੇ ਉਦੋਂ ਬਾਅਦ ਵੀਜ਼ਾ ਮਿਲ ਜਾਂਦਾ ਵਾ। ਇਹਨਾਂ ਨੇ ਯਾਨੀ ਐਤਕੀ 7,000 ਕੋਟਾ ਰੱਖਿਆ ਤਾਂ ਇਹ ਵੀ ਵਧੀਆ ਗਿਣਤੀ ਆ ਹੈ ਨਾ। ਇਹ ਕੰਟਰੀ ਦਾ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਸਲਵੇਨੀਆ ਦੀ ਗੱਲ ਕਰੀਏ, ਸਲਵੇਨੀਆ ਦਾ ਬਹੁਤ ਘੱਟ ਆ ਕੋਟਾ ਹੈ ਨਾ, ਸਲਵੇਨੀਆ ਦੇ ਵਿੱਚ ਘੱਟ ਚਾਂਸ ਨੇ ਸਲਵਾਕੀਆ ਨਾਲੋਂ ਵੀਜ਼ਾ ਲੱਗਣ ਦੇ। ਅਤੇ ਵੈਸੇ ਚਲੋ ਤੁਸੀਂ ਹੈ ਨਾ ਜੇ ਕੋਈ ਨਈ ਕੰਟਰੀ ਜਿਵੇਂ ਹੁਣ ਰੋਮਾਨੀਆ, ਕਰੇਸ਼ੀਆ, ਇੱਧਰ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਤਾਂ ਦੋ ਕੰਟਰੀਆਂ ਬੈਸਟ ਨੇ, ਸਲਵਾਕੀਆ, ਸਲਵੇਨੀਆ, ਇਹਨਾਂ ਦਾ ਜ਼ਰੂਰ ਟਰਾਈ ਕਰੋ ਹੈ ਨਾ ਵਰਕ ਪਰਮਿਟ। ਜਿਨ੍ਹਾਂ ਨੇ ਵਰਕ ਪਰਮਿਟ ਲੈਣਾ ਉਹਨਾਂ ਲਈ ਆ ਇਹ ਵੀਡੀਓ। ਅਤੇ ਹੁਣ ਆਪਾਂ ਗੱਲ ਕਰ ਲਈਏ ਹੰਗਰੀ। ਹੰਗਰੀ ਵੀ ਵਧੀਆ ਵਾ, ਵੈਸੇ ਤਾਂ ਅੱਗੇ ਵਧੀਆ ਸੀਗਾ ਜਿਵੇਂ ਵਰਕ ਵੀਜ਼ਾ ਛੇਤੀ ਮਿਲ ਜਾਂਦਾ ਸੀਗਾ, ਕੰਮ ਬਣ ਜਾਂਦਾ। ਹੰਗਰੀ ਦੀ ਗਿਣਤੀ ਇਹਨਾਂ ਨਾਲ ਕਾਫੀ ਵੱਡੀ ਆ, ਉਹਨਾਂ ਨੇ 65,000 ਰੱਖੇ ਨੇ ਬੰਦਿਆਂ ਦੀ ਲਿਸਟ ਵੀ, ਇਸ ਸਾਲ ਦੇ ਵਿੱਚ 65,000 ਲੋਕਾਂ ਨੂੰ ਵੀਜ਼ਾ, ਵਰਕ ਵੀਜ਼ਾ ਮਿਲ ਸਕਦਾ ਵਾ। ਅਤੇ ਹੰਗਰੀ ਦਾ ਜਾਣੀ ਤੁਸੀਂ ਤੁਹਾਡੇ ਕੋਲ ਪਾਸਪੋਰਟ ਦੀ ਕਾਪੀ ਇੱਧਰ ਭੇਜੋਗੇ ਤੁਸੀਂ ਹੰਗਰੀ ਦੇ ਵਿੱਚ ਤਾਂ ਇੱਧਰੋਂ ਵੀ ਉਹੀ ਪਰਮਿਸ਼ਨ ਵਗੈਰਾ ਲੈ ਕੇ 6-7 ਜਿਹੜੇ ਪੇਪਰ ਹੁੰਦੇ ਨੇ ਵਰਕ ਪਰਮਿਟ ਦੇ ਉਹ ਤਿਆਰ ਕਰਕੇ ਇੱਧਰ ਤੁਹਾਨੂੰ ਭੇਜ ਦਿੱਤੇ ਜਾਂਦੇ ਨੇ। ਚਾਹੇ ਏਜੰਟ ਨੂੰ ਲਾ ਲਓ, ਏਜੰਟ ਤਿਆਰ ਕਰਵਾ ਕੇ ਜਦੋਂ ਇੱਧਰੋਂ ਮੰਗਾਉਂਦਾ ਤਾਂ ਉਹ 1-1.5 ਮਹੀਨੇ ਦਾ ਪ੍ਰੋਸੈਸ ਹੁੰਦਾ, ਅਤੇ ਉਦੋਂ ਬਾਅਦ ਅਪੁਆਇੰਟਮੈਂਟ ਚੱਕ ਕੇ ਫਾਈਲ ਸਬਮਿਟ ਕਰਕੇ ਵੀਜ਼ਾ ਮਿਲ ਜਾਂਦਾ ਹੈ ਨਾ। ਅਤੇ ਹੰਗਰੀ ਦਾ ਵੀ ਤੁਸੀਂ ਟਰਾਈ ਕਰ ਸਕਦੇ ਹੋ ਵੀ ਵੀਜ਼ਾ ਲੱਗਣ ਦੇ 50-50 ਹੈਗੇ ਨੇ ਚਾਂਸ ਵੀ ਤੁਹਾਨੂੰ ਵਰਕ ਵੀਜ਼ਾ ਜਿਹੜਾ ਇੱਥੇ ਦਾ ਮਿਲ ਸਕਦਾ ਵਾ। ਅਤੇ ਜਾਣੀ ਆ
तीन चार दे सीगे जिन्हां दे तुसी अप्लाई कर सकते हो। इन्होंने अपनी जिहड़े सूची जारी करी है भी इन्ने क बंदियां नूं असीं वर्क परमिट इस साल दे विच जारी करांगे, ते हुण तुहाडे ते हिम्मत है इन्हां विचों एक देश चुण के तुसी अप्लाई कर सकते हो। ठीक है जी, बाकी तुहानूं कोई सवाल हुंदा इंस्टाग्राम ते तुसी मैसेज कर सकते हो परम 9991 ते जां कमेंटां विच दस सकते हो। ठीक है जी, धन्नवाद सारिआं दा ते चैनल सबसक्राइब कर लिओ।